ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਦੋ ਰੋਮਨ ਸੁਆਣੀਆਂ ਰੱਬ ਦੀਆਂ ਬੱਚੀਆਂ ਵਿੱਚੋਂ ਵੱਡੀ ਮਿਲੇਨੀਆ ਦੇ ਕੁਛਾਲ ਵੱਡੀ ਮਿਲੇਨੀਆ ਦਾ ਨਾਮ ਉਸ ਰੋਸ਼ਨੀ ਨਾਲ ਚਮਕਿਆ ਹੈ ਜਿਹੜੀ ਜਦ ਕੋਈ ਆਪਣੇ ਆਪ ਨੂੰ ਰੱਬ ਦਾ ਸਾਰਾ ਹੋ ਕੇ ਰਵੇ ਉਸ ਵਿੱਚੋਂ ਫੁੱਟ ਫੁੱਟ ਨਿਕਲਦੀ ਹੈ। ਈਸਾਈ ਰੋਮ ਦਾ ਇਹ ਇੱਕ ਰੂਹ ਉਹ ਵੱਡਾ ਦਿਵੇ ਧਨ ਸੀ ਜਿਹੜਾ ਬੁੱਧ ਪੂਜ ਸਨਾਤਨੀ ਰੋਮ ਦਾ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਸੀ। ਉਹਦਾ ਪਿਓ 341 ਈਸਵੀ ਵਿੱਚ ਇੱਕ ਸੂਬੇ ਦਾ ਗਵਰਨਰ ਸੀ। ਇਹ ਜੰਮੀ ਸਪੇਨ ਵਿੱਚ ਸੀ ਜਿੱਥੇ ਉਹਦੀ ਬੜੀ ਜਾਇਦਾਦ ਸੀ। ਛੋਟੀ ਉਮਰ ਵਿੱਚ ਇਹਦਾ ਵਿਆਹ ਹੋ ਗਿਆ ਸੀ। ਪਰ ਵਿਆਹ ਤੇ ਗ੍ਰੈਸ ਦੇ ਕਰਟੀਆਂ ਨੇ ਉਹਦੇ ਅੰਦਰ ਬੱਲੀ ਰੱਬ ਦੀ ਪਿਆਰ ਦੀ ਅੱਗ ਨੂੰ ਹਿਸਾ ਯਾਨੀ ਬੁਝਾ ਨਹੀਂ ਸੰਸਕੇ ਉਹ ਵਿਆਹੀ ਹੋਈ ਵੀ ਆਪਣੇ ਪਤੀ ਪਿਆਰ ਤੇ ਬੱਚਿਆਂ ਦੀ ਲਾਡ ਮੁਰਾਦਾ ਕਰਦੀ ਹੋਈ ਵੀ ਆਪਣੇ ਅੰਦਰ ਮਨ ਵਿੱਚ ਸਭ ਤੋਂ ਉਪਰਾਮ ਤੇ ਉਦਾਸ ਰਹਿੰਦੀ ਸੀ ਇੱਕ ਘਟਨਾ ਹੋਈ ਉਹਦਾ ਪਤੀ ਤੇ ਦੋ ਪੁੱਤਰ 21 ਸਾਲ ਚਲ ਬਸ ਤੇ ਉਹ ਇਸ ਠੋਕਰ ਨੂੰ ਖਾ ਕੇ ਰਬ ਵਾਲੀ ਟੱਠੀ ਏ ਰੱਬਾ ਆਪਣੀ ਸੇਵਾ ਲਾ ਮਿਲੇਨੀਆ ਦੀ ਉਮਰ ਇਸ ਵੇਲੇ 22 ਸਾਲ ਦੀ ਸੀ ਤੇ ਇੱਕ ਲੜਕਾ ਉਸ ਪਾਸ ਆਪਣੇ ਗ੍ਰਹੀ ਜੀਵਨ ਦੀਆਂ ਖੁਸ਼ੀਆਂ ਦੀ ਯਾਦ ਆਸ਼ ਸੀ ਪਬਲਿਕੋਲਾ ਇਸ ਬੱਚੇ ਦਾ ਨਾਮ ਸੀ ਤੇ ਬੜਾ ਸੋਹਣਾ ਗੁਰਮੁਖ ਸੁਸ਼ੀਲ ਤੇ ਚੰਗਾ ਸੀ ਇਹਦੀ ਵਿਦਿਆ ਦਾ ਪ੍ਰਬੰਧ ਮਾਂ ਨੇ ਬੜਾ ਅੱਛਾ ਕਰ ਦਿੱਤਾ ਆਪਣੇ ਭਾਈਚਾਰੇ ਵਿੱਚੋਂ ਇੱਕ ਰਿਸ਼ਤੇਦਾਰ ਜਿਹੜਾ ਰੋਮ ਦਾ ਗਵਰਨਰ ਸੀ ਉਹਦੇ سپرد ਕੀਤਾ ਹੋਰ ਚੰਗੇ ਚੰਗੇ ਲੋਕਾਂ ਦੀ ਸੌਪੜੀ ਕੀਤੀ ਆਪਣੀਆਂ ਜਾਗੀਰਾਂ ਜਾਇਦਾਦਾਂ ਦਾ ਪੂਰਾ ਪੂਰਾ ਨਿੱਕਾ ਨਿੱਕਾ ਬੜੀ ਗੋਣ ਨਾਲ ਸਾਰਾ ਪ੍ਰਬੰਧ ਕੀਤਾ ਆਪਣੀ ਸਾਰੀ ਜਾਇਦਾਦ ਬੱਚੇ ਨੂੰ ਦਿੱਤੀ ਤੇ ਉਸ ਬੱਚੇ ਕੋਲ ਉਹਦੇ ਪਿਓ ਵੱਲੋਂ ਵੀ ਬੜੀ ਜਾਇਦਾਦ ਸੀ ਰੋਮ ਦੀ ਇਹ ਪਹਿਲੀ ਸੁਹਾਣੀ ਸੀ ਜਿਸ ਪੁਰਵ ਵੱਲ ਪەلਸਟਾਈਨ ਦੀ ਯਾਤਰਾ ਦਾ ਇਰਾਦਾ ਕੀਤਾ ਪਹਿਲਾਂ ਉਸ ਮਿਸਰ ਜਾਣ ਦਾ ਤੇ ਬਿਯਾਬਾਨਾਂ ਵਿੱਚ ਰਹਿੰਦੇ ਸਾਦਾ ਦੇ ਦਰਸ਼ਨਾਂ ਦੀ ਚਾਹਨਾ ਕੀਤੀ 382 ਈਸਵੀ ਵਿੱਚ ਮਲੇਨੀਆ ਨੇ ਰੋਮ ਛੱਡਿਆ ਸਾਰੇ ਨਾ ਸਿਰਫ ਹੈਰਾਨ ਸਨ ਪਰ ਉਹਨੂੰ ਇਸ ਪਾਗਲਪਨ ਤੇ ਤੰਗ ਤੁਰਸ਼ ਹੋਏ ਸਨ ਕਿ ਕਿਉਂ ਆਪਣੀ ਮਲੂਕ ਜਾਨ ਖਤਰੇ ਵਿੱਚ ਸੁੱਟ ਰਹੀ ਹੈ ਦੁਨੀਆ ਸਦਾ ਆਪਣੀ دانਾਈ ਵਿੱਚ ਇੰਜ ਹੀ ਰਹੀ ਤੇ ਇੰਜ ਹੀ ਰਹਸੀ ਹਏ ਇਹ ਨਾ ਹੋ ਜਾਵੇ ਉਹ ਨਾ ਹੋ ਜਾਵੇ ਇੰਜ ਹੋਸੀ ਤੇ ਕਿੰਜ ਹੋਸੀ ਇਹ ਨਹੀਂ ਚਾਹੁੰਦੇ ਸਨ ਕਿ ਮਿਲੈਨੀਆ ਤਿਆਗ ਵੈਰਾਗੇ ਦੇ ਰਾਹ ਪਾਵੇ ਗੱਲ ਇਹ ਸੀ ਸੈਂਟ ਜੇਰੋਮ ਨੇ ਕੁਝ ਕਾਲ ਬਾਅਦ ਪੌਲਾ ਤੇ ਮਿਲੈਨੀਆ ਦਾ ਇਹ ਜ਼ਿਕਰ ਕੀਤਾ ਹੈ ਜੇ ਯਹੂਦੀ ਤੇ ਬੁੱਧ ਪੂਜ ਇਹਨਾਂ ਸੁਆਣੀਆਂ ਦੀ ਜ਼ਿੰਦਗੀ ਉੱਪਰ ਹਰਫ ਰੱਖਣ ਤਾਂ ਤਾਂ ਕੁਝ ਮੈਨੇ ਹਨ ਤੇ ਨਾਲੇ ਜਿਉਂਨਾ ਲੋਕਾਂ ਨੂੰ ਜੇ ਕੋਈ ਖੁਸ਼ ਕਰੇ ਤਦ ਕੋਈ ਕਾਰ ਹੋਈ ਜਿਨ੍ਹਾਂ ਨੂੰ ਭਾਈ ਈ사 ਖੁਦ ਨਹੀਂ ਖੁਸ਼ ਕਰ ਸਕਿਆ ਉਹਨਾਂ ਇਨਸੁਆਣੀਆਂ ਉਹਨਾਂ ਦੀ ਗੱਲ ਮੰਨ ਕੇ ਖੁਸ਼ ਕੀਤਾ ਪਰ ਅਫਸੋਸ ਕਿ ਇਸਾਈ ਇਨਸੁਆਣੀਆਂ ਉੱਪਰ ਹਰਫ ਰੱਖਦੇ ਹਨ ਤੇ ਆਪਣੇ ਪड़ोसी ਦੀ ਅੱਖ ਵਿੱਚ ਇੱਕ ਤੀਲਾ ਵੇਖਦੇ ਹਨ ਤੇ ਆਪਣੀ ਅੱਖ ਵਿੱਚ ਛੈ ਤੀਰ ਇਹਨਾਂ ਨੂੰ ਨਹੀਂ ਦਿਸਦਾ ਜੇ ਮੈਲੈਨੀਆ ਤੇ ਪਾਲਾ ਹੋਰ ਰੋਮਨ ਸੁਆਣੀਆਂ ਵਾਂਗ ਆਪਣੀਆਂ ਜਾਇਦਾਦਾਂ ਆਪਣੇ ਸਰੀਰਕ ਸੁੱਖਾਂ ਤੇ ਭੋਗ ਰਸਾਂ ਤੇ ਅਧਰਮੀ ਗੱਲਾਂ ਵਿੱਚ ਖਰਚ ਕਰ ਦਿੰਦੀਆਂ ਹਮਾਮਾਂ ਵਿੱਚ ਜਾਂਦੀਆਂ ਜਿੱਥੇ ਸ਼ੇਰਾਂ ਥੀ ਆਦਮੀ ਖਵਾ ਕੇ ਤਮਾਸ਼ੇ ਹੁੰਦੇ ਤੇ ਲੋਕੀ ਹੱਸਦੇ ਖੇਡਦੇ ਹਨ ਉੱਥੇ ਜਾਂਦੀਆਂ ਆਪਣਾ ਰੰਡੇਪਾ ਭੋਗ ਬਿਲਾਸ ਵਿੱਚ ਗੁਜ਼ਾਰਦੀਆਂ ਤਦ ਤਾਂ ਭਾਵੇਂ ਇਹ ਲੋਕੀ ਉਹਨਾਂ ਨੂੰ ਤਦ ਵੀ ਪਾਰਸਾ ਤੇ ਪਵਿੱਤਰ ਸੁਆਣੀਆਂ ਕਹਿ ਹੀ ਦਿੰਦੇ ਪਰ ਹੁਣ ਜਦ ਉਹ ਆਪਣੇ ਰੱਬ ਦੇ ਪਿਆਰ ਵਿੱਚ ਵੈਰਾਗੇ ਤਿਆਗ ਦਾ ਜੀਵਨ ਮੋਟਾ-ਸੋਟਾ ਪਾ ਓਖੇ ਪਿਆਸੇ ਰਹਿ ਅਥਰੂਆਂ ਨਾਲ ਸੇੜ-ਸੇੜ ਦਮ ਬਦਮ ਰੱਬ ਦੀ ਯਾਦ ਵਿੱਚ ਲੱਗਿਆ ਹਨ ਤਦ ਉਹਨਾਂ ਨੂੰ ਅਹੰਕਾਰੀ ਕਿਹਾ ਜਾ ਰਿਹਾ ਹੈ ਇਸ ਮਿਲੇਨੀਆ ਦਾ ਜੀਵਨ ਇੱਕ ਬਲਦੀ ਮਿਸ਼ਾਲ ਵਾਂਗ ਸੀ ਸਾਰੇ ਰੋਮ ਵਿੱਚ ਇੱਕ ਸੀ ਸਭ ਭਗਤਾਂ ਦੀਆਂ ਅੱਖਾਂ ਉੱਠ ਕੇ ਇਹਨੂੰ ਦੇਖਦੀਆਂ ਸਨ ਸੈਂਟ ਜੇਰੋਮ ਸੈਂਟ ਅਗਸਟਿਨ ਤੇ ਸੈਂਟ ਪਾਲੀਨਸ ਆਦਿ ਦੀ ਜਿਨ੍ਹਾਂ ਨੂੰ ਮਿੱਤਰਤਾ ਪ੍ਰਾਪਤ ਸੀ ਉਹ ਕੋਈ ਸੁਹਾਣੀ ਸੀ ਤੇ ਇਹ ਸਾਰੇ ਜਗਤ ਵਿਖਿਆਤ ਸਾਧ ਇਸ ਸੁਹਾਣੀ ਦੀ ਪ੍ਰਸ਼ੰਸਾ ਕਰਦੇ ਸਨ ਚੌਥੀ ਸਦੀ ਈਸਵੀ ਵਿੱਚ ਇਹ ਅਦੁੱਤੀ ਸੀ ਭਾਵੇਂ ਸਾਰੇ ਉਹਦੀ ਸਿਫਤ ਕਰਦੇ ਸਨ ਪਰ ਮਿਲੇਨੀਆ ਇਸ ਸ਼ਾਬਾਸ਼ ਨਾਲ ਕਿਸੇ ਤਰ੍ਹਾਂ ਵਿਗੜੀ ਨਹੀਂ ਸੀ ਉਨੂੰ ਸਦਾ ਪਾ ਕੇ উਮਾਇਦੇ ਲਫ਼ਜ਼ ਯਾਦ ਸਨ ਤੇ ਉਸ ਆਪਣੀ ਸੁਰਤ ਉੱਥੇ ਰੱਖੀ ਹੋਈ ਸੀ উਮਾਇ ਆਪਣੇ ਫਕੀਰ ਚੇਲਿਆਂ ਨੂੰ ਕਹਿੰਦਾ ਹੁੰਦਾ ਸੀ ਭਰਾਵੋ ਜਿਹੜਾ ਆਦਮੀ ਆਪਣੇ ਸਭ ਤੋਂ ਅੰਦਰਲੇ ਦਿਲ ਦੀ ਇਕੱਲੀ ਗੁਫਾ ਵਿੱਚ ਆਪਣੇ ਆਪ ਨੂੰ ਇਹ ਨਹੀਂ ਕਹਿ ਸਕਦਾ ਅ ਅਕੱਲੀ ਥਾਂ ਇੱਥੇ ਮੈਂ ਤੇ ਰੱਬ ਦੋਵੇਂ ਇਕੱਲੇ ਉਸ ਬੰਦੇ ਨੂੰ ਸੱਚਾ ਸੁਖ ਕਦੀ ਨਸੀਬ ਨਹੀਂ ਹੋ ਸਕਦਾ ਹਾਂਜੀ ਫਿਰ ਦੁਰਾ ਦਈਏ 우ਮਾਇ ਆਪਣੇ ਫਕੀਰ ਚੇਲਿਆਂ ਨੂੰ ਕਹਿੰਦਾ ਹੁੰਦਾ ਸੀ ਭਰਾਓ ਜਿਹੜਾ ਆਦਮੀ ਆਪਣੇ ਸਭ ਤੋਂ ਅੰਦਰਲੇ ਦਿਲ ਦੀ ਇਕੱਲੀ ਗੁਫਾ ਵਿੱਚ ਆਪਣੇ ਆਪ ਨੂੰ ਇਹ ਨਹੀਂ ਕਹਿ ਸਕਦਾ ਆ ਇਕੱਲੀ ਥਾਂ ਇੱਥੇ ਮੈਂ ਤੇ ਰੱਬ ਦੋਵੇਂ ਇਕੱਲੇ ਉਸ ਬੰਦੇ ਨੂੰ ਸੱਚਾ ਸੁਖ ਕਦੀ ਨਸੀਬ ਨਹੀਂ ਹੋ ਸਕਦਾ ਇਹ ਸਬਕ ਮਲੇਨੀਆ ਨੇ ਮਿਸਰ ਵਿੱਚ ਹੀ ਪੜਿਆ ਸੀ ਜਿੱਥੇ ਉਹ 1 ਸਾਲ ਰਹੀ ਸੀ ਜਦੋਂ ਰੋਮ ਨੂੰ ਛੱਡ ਕੇ ਮਿਸਰ ਪਹੁੰਚੀ ਤਦ ਉਸ ਤਲਾਸ਼ ਕੀਤੀ ਕਿ ਕਿਹੜੇ ਸਾਥ ਪਾਸ ਜਾਵੇ ਸਭ ਤੋਂ ਚੰਗਾ ਸਾਥ ਉਸ ਵੇਲੇ ਸੈਂਟ ਇਸਿਡੋਰ ਸੀ ਉਹ ਉਸ ਪਾਸ ਚਲੀ ਗਈ ਇਸਿਡੋਰ ਆਪਣੀ ਅਹਿਲ ਜਵਾਨੀ thi ਇਸ ਬੀਆਬਾਨ ਦੇ ਇਕਾਂਤ ਵਿੱਚ ਰੱਬ ਦੇ ਪਾਸੇ ਲੱਗਾ ਹੋਇਆ ਸੀ ਤੇ ਇਉਂ ਉਸ ਆਪਣੇ ਮਨ ਤੇ ਫਤਿਹ ਪਾਈ ਸੀ ਕਿ ਇੱਕ ਮਨੁੱਖ ਨਹੀਂ ਸੀ ਦਿਸਦਾ ਨਿਰੋਲ ਦੇਵਤਾ ਹੋ ਚੁੱਕਾ ਸੀ ਇਸ ਨੂੰ ਇੱਕ ਵੇਰੀ ਇਹਦੇ ਦਰਸ਼ਨ ਕਰਾਣ ਲਈ ਸੈਂਟ ਅਥਨੇਸੀਅਸ ਰੋਮ ਲੈ ਗਿਆ ਸੀ ਤੇ ਇਹਦੇ ਦਰਸ਼ਨ ਕਰਦਿਆਂ ਹੀ ਇੱਕ ਲਹਿਰ ਰੋਮ ਵਿੱਚ ਉੱਠ ਪਈ ਸੀ ਕਿ ਵਾਹ ਤਪ ਕਰਨਾ ਇਸ ਮਹਾਪੁਰਖ ਦਾ ਸਾਰਿਆਂ ਨੂੰ ਜੋਸ਼ ਆਇਆ ਕਿ ਅਸੀਂ ਵੀ ਐਸੇ ਹੋਈਏ ਕਈ ਘਾਰਾਂ ਨੂੰ ਛੱਡ ਕੇ ਬਿਆਬਾਨਾਂ ਨੂੰ ਟੁਰ ਗਏ ਸਨ ਉਹਦੀ ਨਿਮਰਤਾ ਨਰਮੀ ਹਲੀਮੀ ਨੇਕੀ ਸਤੋ ਗੁਣੀ ਸ਼ਾਂਤੀ ਦੇਵੀ ਗੁਣਾ ਤੇ ਚਮਕਾਂ ਦਾ ਉਹ ਅਕਹਿ ਪ੍ਰਭਾਵ ਸਾਰੇ ਰੂਮ ਤੇ ਪਿਆਸੀ ਤੇ ਮਿਸਰ ਵਿੱਚ ਨਾ ਸਿਰਫ ਈਸਾਈ ਆਪ ਦੀ ਇੱਜ਼ਤ ਕਰਦੇ ਸਨ ਪਰ ਬੁੱਧ ਪੂਜ ਸਨਾਤਨੀ ਵੀ ਮੱਥਾ ਟੇਕਦੇ ਸਨ ਉਹਦੇ ਪਰਛਾਵੇਂ ਨੂੰ ਸਭ ਪ੍ਰਣਾਮ ਕਰਦੇ ਸਨ ਉਹਦੀ ਸੁਰਤ ਸਦਾ ਸਾਈਂ ਵਿੱਚ ਲੱਗੀ ਰਹਿੰਦੀ ਸੀ ਅਰਦਾਸ ਵੇਲੇ ਨਹੀਂ ਹਰ ਵੇਲੇ ਸੀ ਸੁਖ ਵਿੱਚ ਡੁੱਬੀ ਰਹਿੰਦੀ ਸੀ ਕਈ ਵੇਰੀ ਰੋਟੀ ਖਾਂਦੇ ਦੀ ਗਰਾਈ ਹੱਥ ਵਿੱਚੋਂ ਡਿੱਗ ਪੈਂਦੀ ਸੀ ਨੈਣ ਮੁੰਝਾਂਦੇ ਸਨ ਯੋਗ ਸੁਖ ਦੇ ਚਮਕਦੇ ਟੇਪੇ ਅਥਰੂਆਂ ਦੇ ਛਮਛਮ ਗਿਰਨ ਲੱਗ ਜਾਂਦੇ ਸਨ ਚਿਹਰਾ ਅਕਹਿ ਚਮਕ ਮਾਰਨ ਲੱਗ ਜਾਂਦਾ ਸੀ ਤੇ ਜੇ ਕੋਈ ਪੁੱਛਦਾ ਸੀ ਇਹ ਅਥਰੂ ਕਿਉਂ ਆਏ ਹਨ ਤਦ ਇਸੀ ਡੋਰ ਕਹਿੰਦਾ ਸੀ ਹਾਏ ਹੁਣ ਤੱਕ ਮੈਨੂੰ ਅੰਦੀ ਲੋੜ ਹੈ ਕਿ ਸਵਰਗ ਦੀਆਂ ਅਰਸ਼ੀ ਖੁਸ਼ੀਆਂ ਦੀਆਂ ਦਾਤਾਂ ਉੱਪਰ ਨਿਹਰਾ ਮੈਂ ਹਾਲੇ ਨਹੀਂ ਜੀ ਸਕਦਾ ਇਹ ਬੜੀ ਕਿਸਮਤੀ ਹੈ ਮਿਲੇਨੀਆ ਯਾ ਇਸੀਡੋਰ ਦਾ Satsang ਕਰਦੀ ਸੀ ਯਾ ਇੱਕ ਹੋਰ ਅੰਨਾ ਫਕੀਰ ਸੀ ਉਸ ਪਾਸ ਜਾਂਦੀ ਸੀ ਇਸ ਅੰਨੇ ਫਕੀਰ ਨੂੰ ਸਾਰੀ ਅੰਜੀਲ ਜ਼ਬਾਨੀ ਕਾਢ ਸੀ ਤੇ ਬੜਾ ਗਿਆਨੀ ਅਰਥ ਕਰਨ ਵਾਲਾ ਸੀ ਇੱਕ ਵਾਰੀ ਐਂਟੋਨੀ ਵੀ ਜਦ ਇਲੈਕਜ਼ੈਂਡਰਾ ਵਿੱਚ ਆਇਆ ਤਦ ਉਸ ਪਾਸ ਗਿਆ ਸੀ ਤੇ ਇਸ ਪਾਸੋਂ ਪੁੱਛਿਆ ਸੀ ਸੁਣਾਓ ਨਿਰਣਾ ਦਾ ਨਾ ਹੋਣਾ ਕੁਝ ਦੁੱਖ ਤਾਂ ਪ੍ਰਤੀਤ ਨਹੀਂ ਹੁੰਦਾ ਪਰ ਅੰਨੇ ਫਕੀਰ ਨੇ ਕਿਹਾ ਸੀ ਭਾਈ ਹੁੰਦਾ ਤਾਂ ਜ਼ਰੂਰ ਹੈ ਤਦ ਐਂਟੇਨੀ ਨੇ ਕਿਹਾ ਉਹ ਭਰਾਵੋ ਉਸ ਚੀਜ਼ ਦਾ ਕੀ ਗਮ ਖਾਣਾ ਤੇ ਉਹਦੇ ਨਾ ਹੋਣ ਦਾ ਕੀ ਅਫਸੋਸ ਕਰਨਾ ਜਿਹੜੀ ਚੀਜ਼ ਮੱਖੀਆਂ ਤੇ ਪਿਸਵਾਂ ਕੋਲ ਵੀ ਹੈ ਸਗੋਂ ਖੁਸ਼ ਹੋ ਕਿ ਬਾਹਰਲੇ ਦਰਵਾਜ਼ੇ ਬੰਦ ਹਨ ਤੇ ਅੰਦਰਲੇ ਕਪਾੜ ਖੁੱਲੇ ਹਨ ਤੇ ਨਾਲੇ ਉਹ ਇੱਕ ਵਾਰੀ ਸੁਹਾਣੀ ਐਲੈਕਜ਼ੈਂਡਰਾ ਜਿਹੜੀ ਸਦਾ ਇੱਕ ਗੁਫਾ ਵਿੱਚ ਬੰਦ ਰਹਿੰਦੀ ਸੀ ਨੂੰ ਮਿਲਣ ਜਾਂਦੀ ਹੁੰਦੀ ਸੀ ਪਰ ਉਸ ਕਦੀ ਆਪਣੀ ਗੁਫਾ ਦਾ ਕਵਾੜ ਨਹੀਂ ਸੀ ਖੋਲਿਆ ਬਾਹਰੋਂ ਹੀ ਗੱਲਬਾਤ ਹੁੰਦੀ ਸੀ ਮਿਲੈਨੀਆ ਉਸ ਬਾਬਤ ਕਹਿੰਦੀ ਹੈ ਮੈਂ ਉਸ ਮੁਬਾਰਕ ਸੁਹਾਣੀ ਦਾ ਦਰਸ਼ਨ ਨਹੀਂ ਕਰ ਸਕੀ ਮੈਂ ਇੱਕ ਵਾਰੀ ਆਪ ਨੂੰ ਪੁੱਛਿਆ ਕਿ ਕਿਸ ਤਰ੍ਹਾਂ ਉਸ ਲਈ ਮਮਕਨ ਸੀ ਕਿ ਉਹ ਇਨੀ ਇਕਾਂਤ ਵਿੱਚ ਜਿੱਥੇ ਆਦਮੀ ਦੀ ਵਸੋ ਹੀ ਨਹੀਂ ਪਹੁੰਚ ਸਕਦੀ ਰਹਿ ਸਕਦੀ ਹੈ ਤੇ ਇਤਨੇ ਘੋਰ ਇਕਲ ਵਿੱਚ ਉਹ ਆਲ ਸੁਰਤ ਦੇ ਥੱਲੇ ਚਲੇ ਜਾਣਾ ਦੀ ਨਾਲ ਜੰਗ ਇਕੱਲੇ ਹੀ ਕਰ ਸਕਦੀ ਹੈ ਤੇ ਆਪਨੇ ਸਾਦਗੀ ਨਾਲ ਉੱਤਰ ਦਿੱਤਾ ਮੈਂ ਦੱਸ ਨਹੀਂ ਸਕਦੀ ਆਪ ਨੂੰ ਜ਼ਿਆਦਾ ਪਤਾ ਹੋਣਾ ਹੈ ਇਨਾ ਹੈ ਕਿ ਮੈਂ ਅਰਦਾਸ ਕੀਰਤਨ ਤੇ ਪਾਠ ਵਿੱਚ ਸਵੇਰੇ થી ਦੁਪਹਿਰ ਤੱਕ ਆਪਣਾ ਵਕਤ ਖਰਚ ਕਰਦੀ ਹਾਂ ਤੇ ਬਾਕੀ ਦਾ ਦਿਨ ਮਹਾਤਮਾਵਾਂ ਦੇ ਜੀਵਨ ਚਰਿੱਤਰ ਤੇ ਉਹਨਾਂ ਦੀ ਕਮਾਈ ਦਾ ਧਿਆਨ ਕਰਦੀ ਹਾਂ ਸ਼ਾਮ ਨੂੰ ਆਪਣਾ ਭੋਰਾ ਟੁਕੜ ਖਾਂਦੀ ਹਾਂ ਤੇ ਰਾਤ ਦੇ ਬਹੁਤ ਸਾਰੇ ਘੰਟੇ ਮੈਂ ਸ਼ਬਦ ਪੜਨ ਵਿੱਚ ਗੁਜ਼ਾਰਦੀ ਹਾਂ ਇਉਂ ਵਕਤ ਲੰਘ ਰਿਹਾ ਹੈ ਤੇ ਰੱਬ ਦੀ ਮਿਹਰ ਦੀ ਉਡੀਕਵਾਨ ਹਾਂ ਤੇ ਚਾਹ ਵਿੱਚ ਛਾਂ ਕੇ ਕਦ ਉਸ ਪਾਸ ਆਪਣਾਂਗੀ ਤੇ ਮੈਂ ਫਿਰ ਪੁੱਛਿਆ हे ਰੱਬ ਜੀ ਦੀ ਪਵਿੱਤਰ ਗੁਲਾਮ ਆਦਮੀ ਆਥੀ ਇੰਨਾ ਵੈਰਾਗੀ ਕਿਕੂ ਆਇਆ ਤੇ ਇਸ ਕਬਰ ਜੇ ਗੁਫਾ ਵਿੱਚ ਆਪ ਕਿੰਜ ਜਾਣ ਲੇਟੇ ਹੋ ਤੇ ਮੁਬਾਰਕ ਐਲੈਕਜ਼ੈਂਡਰਾ ਨੇ ਉੱਤਰ ਦਿੱਤਾ ਭੈਣੇ ਇੱਕ ਨੌਜਵਾਨ ਮੈਨੂੰ ਆਪਣੇ ਅੰਦਰਲੇ ਰੂਹ ਨਾਲ ਅਤਿ ਦਾ ਪਿਆਰ ਕਰਨ ਲੱਗ ਗਿਆ ਸੀ ਤੇ ਉਹਦਾ ਇਹ ਮੋਹ ਵੇਖ ਕੇ ਤੇ ਇਹ ਸਮਝ ਕੇ ਕਿ ਮੈਂ ਰੱਬ ਦੇ ਰੂਪ ਇਸ ਨੌਜਵਾਨ ਨੂੰ ਕਿਉਂ ਰੱਬ ਦੇ ਰਾਹ થી ਅੜ ਕਿਸੇ ਰਾਹ ਪਾਣ ਦਾ ਕਾਰਨ ਹੋ ਮੈਂ ਇੱਥੇ ਆ ਗਈ ਹਾਂ। ਇਸੀ ਡੋਰ ਮੈਲਨੀਆ ਦੇ ਰੂ ਨੂੰ ਬੜਾ ਚੰਗਾ ਜਾਣਦਾ ਸੀ ਤੇ ਉਹ ਆਪ ਉਸ ਨਾਲ ਹੋਣ ਨਿਤਰੇਆ ਤੇ ਬਿਆਬਾਂਦੀ ਯਾਤਰਾ ਲੈ ਗਿਆ। ਉੱਥੇ ਯਾਤਰੂਆਂ ਦੇ ਘਰ ਨਾਵੀਂ ਥਾਂ ਵਿੱਚ ਉਹ 6 ਮਹੀਨੇ ਰਹੀ ਤੇ ਵੇਖਦੀ ਸੀ ਕਿ ਕਿਸ ਤਰ੍ਹਾਂ ਸਾਧਾਂ ਦੇ ਸ਼ਰੀਰ ਤਪੱਸਿਆ ਤੇ ਸਾਧਨਾ ਨਾਲ ਰੱਬ ਦੇ ਮੰਦਰ ਬਣ ਚੁੱਕੇ ਸਨ। ਮਿਲੇਨੀਆ ਨੇ ਬਜ਼ੁਰਗ ਪਿਤਾ ਪਾਂਬੋ ਬਾਬਤ ਇਸੀ ਡੋਰ થી ਸੁਣਿਆ ਹੋਇਆ ਸੀ ਤੇ ਉਹਦੇ ਦਿਲ ਵਿੱਚ ਉਹਨੂੰ ਮਿਲਣ ਦੀ ਬੜੀ ਉਤਕਟ ਕਾਂਖਾ ਸੀ ਪਾਂਬੋ ਐਂਟਨੀ ਦੇ ਇਸ ਉਪਦੇਸ਼ ਪਰ ਕਟੀਬਦ ਸੀ ਆਪਣੀ ਗੱਲ ਕਿ ਮੈਂ ਠੀਕ ਇਨਸਾਫ ਕੀਤਾ ਹੈ ਤੇ ਕਦੀ ਹੱਥ ਨਹੀਂ ਕਰਨਾ ਇਨਸਾਫ ਕਠਨ ਹੈ ਤੇ ਜ਼ਬਾਨ ਨੂੰ ਕਾਬੂ ਰੱਖਣਾ ਮਿਲੇਨੀ ਆਪਣਾ ਪਾਂਬੋ ਦੇ ਯਾਤਰੇ ਬਾਬਤ ਇਉਂ ਲਿਖਦੀ ਹੈ ਇਸੀ ਡੋਰ ਰਬ ਦਾ ਬੰਦਾ ਮੈਨੂੰ ਪੋਂਬੋ ਪਾਸ ਲੈ ਗਿਆ ਪੋਂਬੋ ਬੈਠਾ ਖਜੂਰ ਦੇ ਪੱਤਿਆਂ ਦੀ ਚਟਾਈ ਬੁਣ ਰਿਹਾ ਸੀ ਤੇ ਆਪਣੇ ਧਿਆਨ ਲੱਗਾ ਹੋਇਆ ਸੀ ਮੈਂ 300 ਪਾਉਂਡ ਵਜ਼ਨੀ ਚਾਂਦੀ ਦੇ ਬਰਤਨ ਜਿਹੜੇ ਰੋਮ થી ਨਾਲ ਲਿਾਈ ਸਾਂ ਉਹਦੇ ਕੋਲ ਰਖਵਾ ਦਿੱਤੇ ਤੇ ਨਮਸਕਾਰ ਕੀਤੀ ਤੇ ਅਰਦਾਸ ਕੀਤੀ ਕਿ ਉਹ ਮੇਰੇ ਇਸ ਨਿਮਾਣੇ ਤੋਹਫੇ ਨੂੰ ਕਬੂਲ ਕਰੇ ਤੇ ਮੰਦਰਾਂ ਤੇ ਸਾਧਾਂ ਦੀ ਸੇਵਾ ਵਿੱਚ ਇਹਨੂੰ ਜਿਵੇਂ ਚਾਹੇ ਲਗਾਵੇ। ਮਾਂਬੋ ਨੇ ਉੱਤਰ ਦਿੱਤਾ। ਰਬ ਤੇਰਾ ਇਸ দান ਲਈ ਭਲਾ ਕਰੇ। ਤੇ ਇਹ ਆਖ ਕੇ ਆਪਣੇ ਇਕ ਚੇਲੇ ਨੂੰ ਕਿਹਾ ਕਿ ਲੀਬਿਆ ਦੇ ਸਾਧਾਂ ਦੀ ਜਿਨ੍ਹਾਂ ਨੂੰ ਬੜੀ ਲੋੜ ਹੈ ਸੇਵਾ ਵਿੱਚ ਇਹ ਕਲ ਦਿੱਤੇ ਜਾਣ ਤੇ ਨਾਲ ਕਿਹਾ ਕਿ ਮਿਸਰ ਦੇ ਮੰਦਰਾਂ ਤੇ ਮੱਟਾਂ ਨੂੰ ਕੁਝ ਨਾ ਦਿੱਤਾ ਜਾਵੇ। ਕਿਉਂਕਿ ਉਹਨਾਂ ਕੋਲ ਅੱਗੇ ਹੀ ਸਭ ਸਮਾਨ ਹਨ। ਤੇ ਇਸ ਸਾਰੇ ਵੇਲੇ ਮੈਂ ਖੜੀ ਉਡੀਕਦੀ ਸਾਂ ਕਿ ਫਕੀਰ ਰੱਬ ਦਾ ਮੈਨੂੰ ਦਾਤੀ ਨੂੰ ਵੀ ਕੁਝ ਅਸੀਸ ਦੇਂਦਾ ਹੈ ਜਾਂ ਕੋਈ ਪਿਆਰ ਦਾ ਵਾਕ ਹੀ ਕਹਿੰਦਾ ਹੈ ਪਰ ਉਹ ਚੁੱਪ ਸੀ ਤੇ ਉਸ ਪਰਤ ਕੇ ਵੀ ਮੁੜ ਉਸ ਚਾਂਦੀ ਦੇ ਢੇਰ ਵੱਲ ਨਾ ਤੱਕਿਆ ਤੇ ਉਹ ਸਾਰੀ ਚਾਂਦੀ ਚੁੱਕੀ ਵੀ ਗਈ ਉਹ ਆਪਣੇ ਧਿਆਨ ਵਿੱਚ ਚਟਾਈ ਬੁਣਨ ਵਿੱਚ ਲੱਗ ਰਿਹਾ ਮੈਂ ਤੰਗ ਹੋ ਕੇ ਆਖਰ ਕਿਹਾ اے ਪਿਤਾ اے ਮਾਲਕ ਕਿ ਮੈਂ ਇਹ ਆਪ ਨੂੰ ਦੱਸ ਸਕਦੀ ਹਾਂ ਕਿ ਜੋ ਭੇਟਾ ਮੈਂ ਲਈ ਆਈ ਸਾਂ ਉਹ 300 ਪੌਂਡ ਪੱਕੀ ਚਾਂਦੀ ਸੀ ਮੈਂ ਬੇਸੂਟ ਯਾਨੀ ਅਨਸੂਟੇਬਲ ਬੇਅਰਥ ਹੰਕਾਰ ਭਰੇ ਲਫ਼ਜ਼ ਗਏ ਉਸ ਰੱਬ ਦੇ ਬੰਦੇ ਮੇਰੇ ਵੱਲ ਪਰਦ ਕੇ ਵੀ ਨਾ ਤੱਕਿਆ ਤੇ ਸਿਰ ਨੀਵਾ ਕੀਤਾ ਉਸੇ ਤਰ੍ਹਾਂ ਲਗਾ ਵਚਨ ਕਰਦਾ ਹੈ ਮੇਰੀ ਪੁੱਤਰੀ ਉਸ ਨੂੰ ਜਿਸ ਨੂੰ ਤੂੰ ਇਹ ਦਾਤ ਭੇਟਾ ਕੀਤੀ ਹੈ ਉਹਨੂੰ ਤੇਰੇ ਪਾਸੋਂ ਇਹ ਜਾਣਣ ਦੀ ਲੋੜ ਨਹੀਂ ਕਿ ਇਹ ਪੇਟਾ 300 ਪਾਉਂਡ ਪੱਕੀ ਚਾਂਦੀ ਹੈ ਇਹ ਪਰਬਤ ਦਰਿਆ ਉਹਦੀ ਤਕੜੀ ਦੇ ਤੁਲੇ ਪਏ ਹਨ ਤੇਰੀ ਚਾਂਦੀ ਦਾ ਵਜ਼ਨ ਉਹਨੂੰ ਤੇਰੇ ਥੀ ਪਹਿਲਾ ਪਤਾ ਹੈ ਜੇ ਇਹ ਚਾਂਦੀ ਤੂੰ ਮੈਨੂੰ ਦਿੱਤੀ ਆਉਂਦੀ ਤਾਂ ਤਦ ਮੇਰੇ ਪਾਸੋਂ ਕੁਝ ਕਹਿਣ ਵੀ ਬਣਦਾ ਪਰ ਤੂੰ ਰੱਬ ਨੂੰ ਪੇਟਾ ਕੀਤੀ ਹੈ ਜਿਸ ਇਕਪਤੀਹੀਨ ਇਸਤਰੀ ਦੀ ਤੁਛ ਭੇਟਾ ਵੀ ਸਤਕਾਰ ਨਾਲ ਕਬੂਲ ਕੀਤੀ ਸੀ ਤੇ ਤੈਨੂੰ ਐਸੇ ਮਾਲਕ ਦੀ ਹਜ਼ੂਰੀ ਵਿੱਚ ਚੁੱਪ ਰਹਿਣਾ ਚਾਹੀਦਾ ਸੀ ਇਹ ਰੱਬ ਦਾ ਬੰਦਾ ਜਲਦੀ ਉਸ ਥੀ ਬਾਚੜਾਈ ਕਰ ਗਿਆ ਕੋਈ ਬਿਮਾਰੀ ਨਹੀਂ ਸੀ ਹੋਈ ਆਪ ਉਹ ਚਟਾਈ ਖਜੂਰ ਦੇ ਪਤਿਆਂ ਦੀ ਬੁੰਨ ਰਹੇ ਸਨ ਤੇ ਆਖਰ ਕੜੀ ਮਿਲੈਨੀਆ ਨੂੰ ਬੁਲਵਾ ਭੇਜਿਆ ਤੇ ਉਹਨੂੰ ਕਿਹਾ ਪੁਤਰੀ ਮੇਰੇ ਪਾਸ ਸਿਵਾਏ ਇਸ ਟੋਕਰੀ ਦੇ ਤੈਨੂੰ ਦੇਣ ਲਈ ਹੋਰ ਕੋਈ ਚੀਜ਼ ਨਹੀਂ ਇਹ ਤੂੰ ਲੈ ਲੈ ਤੇ ਮੈਨੂੰ ਯਾਦ ਕਰਿਆ ਕਰ ਇਕੱਠੇ ਹੋਏ ਭਰਾਵਾਂ ਨੂੰ ਕਿਹਾ ਇਸ ਬੀਆਬਾਨ ਵਿੱਚ ਮੈਂ ਇਹ ਥਾਂ ਬਣਾਈ ਹੈ ਮੈਂ ਕੋਈ ਭੋਰਾ ਰੋਟੀ ਦਾ ਨਹੀਂ ਖਾਦਾ ਜਿਹੜਾ ਮੈਂ ਬਿਨਾਂ ਮਜੂਰੀ ਕਰਕੇ ਖਾਦਾ ਹੋਵੇ ਨਾ ਮੈਂ ਕੋਈ ਲਫ਼ਜ਼ ਮੂੰਹੋਂ ਕਹੇ ਜਿਸ ਲਈ ਫਿਰ ਮੈਨੂੰ ਪਛਤਾਪ ਕਰਨਾ ਪਿਆ ਹੋਵੇ ਪਰ ਮੈਨੂੰ ਹੁਣ ਅਣ ਸਮੇ ਮਾੜਾ ਮਾੜਾ ਪਤਾ ਲੱਗਾ ਹੈ ਕਿ ਹਾਲੇ ਮੈਂ ਰੂਹਾਨੀ ਜੀਵਨ ਦੀ ਪੂਣੀ ਵੀ ਨਹੀਂ ਛੋਈ ਸੀ ਸਾਰੀ ਉਮਰ ਮਿਲੇਨੀਆ ਸੋਨਾ ਚਾਂਦੀ ਖੁੱਲੇ ਦਿਲ দান ਕਰਦੀ ਰਹੀ ਪਰ ਉਹ ਪੋਂਬੋ ਦੀ ਬਖਸ਼ੀ ਟੋਕਰੀ ਤੇ ਮਕੇਰੀਅਸ ਦੀ ਦਿੱਤੀ ਪੋਸਤੀਨ ਥੀ ਕਦੀ ਨਹੀਂ ਸੀ ਵਿਛੜਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ